ਚੰਡੀਗੜ੍ਹ ਦਾ ਸੈਕਟਰ 26 ਚ ਸੋਮਵਾਰ ਦੇਰ ਰਾਤ ਇੱਕ ਬਾਰ ਵਿੱਚ ਨੌਜਵਾਨਾਂ ਵਿਚਕਾਰ ਝਗੜਾ ਹੋ ਗਿਆ ਤੇ ਝਗੜੇ ਦੌਰਾਨ ਹੋਈ ਗੋਲੀਬਾਰੀ 'ਚ ਦੋ ਲੋਕ ਜ਼ਖਮੀ ਹੋ ਗਏ। ਉੱਥੇ ਚੰਡੀਗੜ੍ਹ ਤੋਂ ਐਸਐਸਪੀ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਗੋਲੀ ਚਲਾਉਣ ਵਾਲੇ ਹਮਲਾਵਰ ਪੁਲਿਸ ਦੀ ਗ੍ਰਿਫਤ 'ਚ ਹੋਣਗੇ। ਹੋ ਕੱਲ ਤੈਨੂੰ ਜਦੋਂ ਨਹੀਂ ਮੈਂ ਪਿਕ ਕਰਿਆ ਵੈਰੀਆਂ ਦਾ ਕਾਲਜਾ ਮੈਂ ਕਿੱਕ ਕਰਿਆ ਲੈ ਕੇ ਬਹਿ ਗਿਆ।